ਬਠਿੰਡਾ ਵਿਖੇ ਚੱਕਾ ਜਾਮ ਪ੍ਰਦਰਸ਼ਨ ਦੌਰਾਨ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਹੋਈ ਪ੍ਰਦਰਸ਼ਨਕਾਰੀਆਂ ਦੀ ਕਾਰਵਾਈ ਸਾਹਮਣੇ ਆਈ ਹੈ। ਜਦ ਇੱਕ ਮ੍ਰਿਤਕ ਦੀ ਲਾਸ਼ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਨਾ ਲੰਘਣ ਦਿੱਤਾ। ਜਾਣਕਾਰੀ ਅਨੁਸਾਰ ਪੀਆਰਟੀਸੀ ਅਤੇ ਪਨਵਸ ਦੀਆਂ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਵਿਖੇ ਜਾਮ ਕੀਤਾ ਗਿਆ ਸੀ। ਉਹਨਾਂ ਵੱਲੋਂ ਬਠਿੰਡਾ ਦੀਆਂ ਵੱਖ-ਵੱਖ ਐਂਟਰੀ ਪੁਆਇੰਟ ਤੇ ਬੱਸਾਂ ਟੇਢੀਆਂ ਲਾ ਕੇ ਬਠਿੰਡਾ ਸ਼ਹਿਰ ਨੂੰ ਸੀਲ ਕੀਤਾ ਗਿਆ। ਉਹਨਾਂ ਵੱਲੋਂ ਕਿਸੇ ਵੀ ਵਹੀਕਲ ਨੂੰ ਨਾ ਅੰਦਰ ਤੇ ਨਾ ਬਾਹਰ ਜਾਣ ਦਿੱਤਾ ਗਿਆ। ਇਸੇ ਦੌਰਾਨ ਇੱਕ ਮ੍ਰਿਤਕ ਦੀ ਲਾਸ਼ ਲਿਜਾ ਰਹੀ ਐਂਬੂਲੈਂਸ ਵੀ ਜਾਮ ਵਿੱਚ ਫਸ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਲਾਸ਼ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਵੀ ਨਹੀਂ ਨਿਕਲਣ ਦਿੱਤਾ ਅਤੇ ਇਸ ਸਮੇਂ ਹੋਰ ਵੀ ਬਹੁਤ ਸਾਰੇ ਯਾਤਰੂ ਫਸੇ ਹੋਏ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਦਵਾਈ ਲੈਣ ਲਈ ਹਸਪਤਾਲ ਜਾਣਾ ਸੀ ਅਤੇ ਕਈਆਂ ਨੇ ਕਿਸੇ ਜ਼ਰੂਰੀ ਕੰਮ ਲਈ। ਕੀ ਨਾਮ ਹੈ? ਮੇਰਾ ਨਾਮ ਬਲਕਾਰ ਸਿੰਘ ਹੈ ਜੀ, ਆਸਾ ਬੁੱਟਰ ਮੇਰਾ ਪਿੰਡ ਹੈ। ਆਹ ਦੇਖੋ ਜੀ, ਪੰਜਾਬ ਦਾ ਐਡਾ ਗੰਦਾ ਸਿਸਟਮ ਹੈ, 2.5 ਘੰਟੇ ਹੋ ਗਏ ਟ੍ਰੈਫਿਕ ਜਾਮ ਹੋਇਆ ਪਿਆ ਮੁਕਤਸਰ ਆਪਣਾ ਬਠਿੰਡਾ ਦੇ ਵਿੱਚ। ਮੈਂ ਵੀ ਦਵਾਈ ਲੈਣ ਚੱਲਿਆ ਸੀਗਾ, ਅੱਜ ਮੰਨ ਕੇ ਚਲੋ 20% ਲੋਕ ਇਹੋ ਜਿਹੇ ਆ ਜਿਹੜੇ ਦਵਾਈ ਲੈਣ ਚੱਲੇ ਆ, 2.5 ਘੰਟੇ ਹੋ ਗਏ ਇੱਥੇ ਫਸੇ ਪਏ ਹੈ। ਇੱਥੋਂ ਤੱਕ ਕਿ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਦਿੱਤਾ ਗਾ, ਥਾਂ ਥਾਂ 'ਤੇ ਰੋਡਵੇਜ ਬੱਸ ਲਾ ਕੇ ਟ੍ਰੈਫਿਕ ਜਾਮ ਕਰੀ ਬੈਠੇ ਆ। ਨਾ ਕੋਈ ਇੱਥੇ ਸਿਸਟਮ ਹੈ, ਨਾ ਕੋਈ ਇੱਥੇ ਕੋਈ ਸਰਕਾਰ ਕੁਛ ਕਰ ਰਹੀ ਹੈ, ਨਾ ਹੀ ਪੁਲਿਸ ਕੁਛ ਕਰ ਰਹੀ ਹੈ, ਨਾ ਕੋਈ ਲੀਡਰ ਹੀ ਕੋਈ ਕਿਸੇ ਨੂੰ ਕੁਛ ਕਹਿ ਸਕਦੇ ਹੈ। ਸਾਰੇ ਵੋਟਾਂ ਮਗਰ ਤੁਰੇ ਫਿਰਦੇ ਆ। ਬਾਈ ਜੀ, ਆਹ ਦੇਖ ਲਓ, ਅੱਜ ਮੰਨ ਕੇ ਚਲੋ ਇਹਨਾਂ 2.5 ਘੰਟਿਆਂ ਦੇ ਵਿੱਚ ਮੇਰੇ ਹਿਸਾਬ ਨਾਲ ਘੱਟੋ ਘੱਟ 10-15 ਬੰਦਿਆਂ ਦੀਆਂ ਮੁਕਤਾਂ ਜਾ ਸਕਦੀਆਂ। ਕਿਸੇ ਵੀ ਬੰਦੇ ਨੂੰ ਮੰਨ ਕੇ ਚਲੋ ਕਹਿਣ 'ਤੇ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਦਿੱਤਾ ਜਾ ਰਿਹਾ। ਆਹ ਤੁਸੀਂ ਔਨਲਾਈਨ ਦੇਖ ਸਕਦੇ ਕਿਸ ਤਰ੍ਹਾਂ ਰਸਤੇ ਬੰਦ ਕੀਤੇ ਗਏ ਹੈਗੇ। ਰਸਤੇ ਥਾਂ ਥਾਂ ਤੋਂ ਰੋਡਵੇਜ ਬੱਸਾਂ ਲਾ ਕੇ ਨਾ ਜੀ ਬੰਦ ਕੀਤੇ ਪਏ ਹੈ, ਕਿਤੋਂ ਮੋਟਰਸਾਈਕਲ ਨੂੰ ਵੀ ਰਸਤਾ ਨਹੀਂ ਦਿੱਤਾ ਜਾ ਰਿਹਾ। ਸਾਡਾ ਜੀ ਬੌਡੀ ਆ ਜੀ ਸਾਡੇ ਕੋਲ ਗੱਡੀ ਦੇ ਵਿੱਚ, ਅਸੀਂ ਘੁੰਮਦਿਆਂ ਨੂੰ ਅੱਧਾ 1.25 ਘੰਟਾ ਹੋ ਗਿਆ ਜੀ ਇੱਥੇ ਘੁੰਮਣ ਕਲਾਂ ਜਾਣਾ। ਵੀ ਇਹ ਆਮ ਜਨਤਾ ਦੀ ਹਰਾਸਮੈਂਟ ਆ ਜੀ ਬਹੁਤ ਜ਼ਿਆਦਾ। ਕਿੰਨੀ ਕੁ ਪਰੇਸ਼ਾਨੀਆਂ ਨੇ? ਕਿੰਨਾ ਬਹੁਤ ਜ਼ਿਆਦਾ ਜੀ, 1.25 ਘੰਟਾ ਬੌਡੀ ਲਈ ਅਸੀਂ ਘੁੰਮਦੀ ਫਿਰਦੇ ਜੀ ਇੱਥੇ, ਲੰਘਣ ਨੂੰ ਜਗ੍ਹਾ ਹੀ ਨਹੀਂ ਜੀ ਕਿਸੇ ਪਾਸੇ ਵੀ। ਕੀ ਮੰਗ ਕੀ ਕਰਦੇ ਆ ਤੁਹਾਡੇ? ਮੰਗ ਸਰਕਾਰ ਤੋਂ ਇਹੀ ਕਰਦੇ ਜਿਹੜੀ ਇਹਨਾਂ ਦੀ ਕੋਈ ਸਮੱਸਿਆ ਇਹਨਾਂ ਦੀ ਹੱਲ ਕੀਤੀ ਜਾਵੇ, ਆਮ ਜਨਤਾ ਨੂੰ ਰਾਹਤ ਦਿੱਤੀ ਜਾਵੇ। ਕੋਈ ਵੀ ਆ ਜਿਹੜੇ ਆਮ ਲੋਕ ਆ, ਕੋਈ ਬਿਮਾਰ ਆ, ਕੋਈ ਦਵਾਈ ਲੈਣ ਜਾਂਦਾ, ਕੋਈ ਮੈਰਿਜ ਆ, ਵੀ ਉਹਨਾਂ ਨੂੰ ਰਾਹਤ ਦਿੱਤੀ ਜਾਵੇ।